ਪਟਿਆਲਾ ਦੇ ਭਾਸ਼ਾ ਵਿਭਾਗ ਵਿੱਚ ਮਾਂ ਬੋਲੀ ਪੰਜਾਬੀ ਸਾਡਾ ਮਾਣ ਸਾਡੀ ਸ਼ਾਨ ਸਾਡੀ ਪਹਿਚਾਣ ਨਾਂ ਹੇਠ ਸਾਂਸਦ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਇੱਕ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਪੰਜਾਬੀ ਭਾਸ਼ਾ ਪ੍ਰੇਮੀ ਇਕੱਤਰ ਹੋਏ। ਉਹਨਾਂ ਸਾਰਿਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਪਹਿਚਾਣ ਦਿਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ। ਦੇਖੋ ਜੀ, ਪੰਜਾਬੀ ਦੇ ਹੱਕ ਜੋ ਮਤੇ ਪਾਏ ਜਾ ਰਹੇ ਆ ਉਹਨਾਂ 'ਚ ਇੱਕ ਮਤਾ ਇਹ ਹੈਗਾ ਕਿ ਵਿੱਦਿਆ ਹਰ ਪੱਧਰ 'ਤੇ ਪੰਜਾਬੀ 'ਚ ਦੇਣੀ ਯਕੀਨੀ ਬਣਾਈ ਜਾਵੇ। ਨੰਬਰ 2, ਜਿਹੜੀ ਐਮਰਜੈਂਸੀ ਦੌਰਾਨ 1976 ਵਿੱਚ ਜੋ ਵਿੱਦਿਆ ਨੂੰ ਕਨਕਰੰਟ ਲਿਸਟ 'ਚ ਪਾਤਾ ਸੀ, ਸੰਵਰਤੀ ਸੂਚੀ 'ਚ ਪਾਤਾ ਸੀ, ਜਿਸ ਕਰਕੇ ਵਿੱਦਿਆ ਰਾਜ ਕੋਲੋਂ ਉੱਥੇ ਆ ਕੇ ਕੇਂਦਰ ਨੇ ਆਪਣੇ ਹੱਥ 'ਚ ਲੈ ਲਈ ਸੀ, ਜਿਸ ਤੋਂ ਬਾਅਦ CBSE ਸਕੂਲਾਂ ਦਾ, ਪ੍ਰਾਈਵੇਟ ਸਕੂਲਾਂ ਦਾ ਨੈਟਵਰਕ ਬਣਿਆ। ਉਹਦੇ 2 ਨਤੀਜੇ ਨਿਕਲੇ, ਇੱਕ ਤਾਂ ਸਕੂਲਾਂ ਦਾ ਪ੍ਰਾਈਵੇਟਾਈਜੇਸ਼ਨ ਹੋਇਆ, ਦੂਜਾ ਪੰਜਾਬੀ ਦਾ ਜਿਹੜੀ ਗਲਬਾ ਸੀ ਖਤਮ ਹੋ ਕੇ ਹਿੰਦੀ ਅਤੇ ਅੰਗਰੇਜ਼ੀ ਦਾ ਗਲਬਾ ਸਥਾਪਿਤ ਕੀਤਾ ਗਿਆ, ਇੱਕ ਨਵੀਂ ਜਮਾਤ ਪੈਦਾ ਕੀਤੀ ਗਈ, ਉਹਨੂੰ ਖਤਮ ਕਰਕੇ ਐਮਰਜੈਂਸੀ ਦੇ ਵਧੀਕੀ ਦੇ ਤੌਰ 'ਤੇ ਉਹਨੂੰ ਸਮਝ ਕੇ ਉਹ ਜਿਹੜੀ ਜਿਹੜੀ ਵਿੱਦਿਆ ਦਾ ਖੇਤਰ ਹੈਗਾ ਆ, ਵਿੱਦਿਆ ਦਾ ਸਬਜੈਕਟ ਹੈ, ਮੁੜ ਕੇ ਸਮਵਰਤੀ ਸੂਚੀ ਤੋਂ ਕੱਢ ਕੇ ਰਾਜਾਂ ਦੀ ਸੂਚੀ 'ਚ ਪਾਇਆ ਜਾਵੇ ਔਰ ਰਾਜਾਂ ਨੂੰ ਆਪਣੀ ਵਿੱਦਿਆ ਨੀਤੀ ਘੜਨ ਦੀ ਪੂਰੀ ਪੂਰੀ ਮਤਲਬ ਆਜ਼ਾਦੀ ਹੋਵੇ। ਨੰਬਰ 3, ਜਿਹੜੇ ਪੰਜਾਬੀ ਪ੍ਰੇਮੀਆਂ ਵੱਲੋਂ ਜੋ ਬੋਰਡਾਂ ਦੇ ਅਕਾਲ ਕਪੁੱਤਰ ਕਰਕੇ ਜੋ ਕੇਸ ਪਾਏ ਗਏ ਸੀਗੇ, ਜਦ ਹੁਣ ਸਰਕਾਰ ਆਪ ਮੰਨ ਰਹੀ ਹੈਗੀ ਹੈ ਕਿ ਅਸੀਂ 6 ਨਵੰਬਰ ਤੱਕ ਸਾਰੇ ਬੋਰਡਾਂ ਉੱਤੇ ਮੁੜ ਕੇ ਫਿਰ ਪੰਜਾਬੀ 1 ਨੰਬਰ 'ਤੇ ਲੈ ਆਵਾਂਗੇ, ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਉਹਨਾਂ ਬੱਚਿਆਂ ਦੇ ਉੱਤੇ ਜਾਂ ਸਾਡੇ ਨੌਜਵਾਨਾਂ ਦੇ ਉੱਤੇ ਜਿਹੜੇ ਉਹ ਕੇਸ ਉਹ ਚੱਲਦੇ ਰਹਿਣ। ਉਹ ਕੇਸ ਫੌਰੀ ਖਤਮ ਕਰਨੇ ਚਾਹੀਦੇ ਹੈਗੇ ਹੈ। ਅਤੇ ਇਸ ਤੋਂ ਇਲਾਵਾ ਜੇ ਜਿਹੜੀ ਪੰਜਾਬੀ ਦੇ ਜਿਹੜਾ ਪੰਜਾਬ ਦਾ ਜੋ ਜਿੰਨਾ ਵੀ ਜ਼ਿੰਦਗੀ ਦਾ ਹਰ ਸ਼ੋਭਾ ਹੈਗਾ, ਜੋ ਪੰਜਾਬ ਚਾਹੇ ਉਹ ਵਿੱਦਿਆ ਦਾ ਹੈਗਾ, ਚਾਹੇ ਉਹ ਪ੍ਰਸ਼ਾਸਨ ਦਾ ਹੈਗਾ, ਪ੍ਰਸ਼ਾਸਨ ਸਰਕਾਰੀ ਵੀ ਅਤੇ ਪ੍ਰਾਈਵੇਟ ਵੀ ਦੋਨਾਂ ਥਾਵਾਂ 'ਤੇ, ਅਤੇ ਚਾਹੇ ਉਹ ਕੋਰਟਾਂ ਕਚਹਿਰੀਆਂ ਦਾ ਹੈਗਾ ਹੈ, ਚਾਹੇ ਸਾਰੇ ਦਫ਼ਤਰਾਂ ਦਾ ਹੈਗਾ ਹੈ, ਉੱਥੇ ਜੋ ਵੀ ਫਾਰਮ ਮਿਲਣੇ ਹੈਗੇ ਹੈ, ਚਾਹੇ ਰੇਲਵੇ ਸਟੇਸ਼ਨ ਹੈ, ਚਾਹੇ ਇਨਕਮ ਟੈਕਸ ਦਫ਼ਤਰ ਹੈਗਾ, ਚਾਹੇ ਕੇਂਦਰ ਦੇ ਦਫ਼ਤਰ ਹੈ, ਉਹਨਾਂ ਸਾਰੇ ਸਾਨੂੰ ਜਿਹੜੇ ਪੰਜਾਬੀ ਦੇ ਫਾਰਮ ਸਾਡੀ ਸਾਰੀ ਜਿਹੜੀ ਬੱਸੋਂ ਹੈਗੀ ਉਹਨੂੰ ਮੁਹੱਈਆ ਕਰਾਏ ਜਾਣ। ਔਰ ਅੱਜ ਜੋ ਮਹਿਮ ਸਾਡੇ MP ਪਟਿਆਲੇ ਤੋਂ ਧਰਮਵੀਰ ਗਾਂਧੀ ਜੀ ਨੇ ਚਲਾਈ ਹੈ, ਬਹੁਤ ਅੱਛੀ ਗੱਲ ਹੈ ਵੀ ਪੰਜਾਬ ਵਾਸਤੇ ਸੋਚਿਆ, ਔਰ ਇਹ ਸਾਰਿਆਂ ਦਾ ਸਾਂਝਾ ਕੰਮ ਹੈ, ਇਹਦੇ ਵਿੱਚ ਕੋਈ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈ। ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਪੰਜਾਬੀ ਭਾਸ਼ਾ ਬਚਾਉਣੀ ਚਾਹੀਦੀ ਹੈ। ਮੇਰਾ ਤਾਂ ਇੰਨਾ ਕੁ ਤਜਰਬਾ ਹੈ ਵੀ ਅਸੀਂ ਜਿਹੜੇ ਵੀ ਦਫ਼ਤਰ ਦੇ ਵਿੱਚ ਜਾਂਦੇ ਹਾਂ, ਕੋਈ ਵੀ ਅਸੀਂ ਕਾਗਜ਼ ਪੱਤਰ ਹੈ ਸਾਨੂੰ ਫੜਾ ਦਿੰਦੇ ਨੇ, ਉਹ ਇੰਗਲਿਸ਼ ਦੇ ਵਿੱਚ ਤਕਰੀਬਨ ਹੁੰਦਾ ਹੈਗਾ। ਅੱਧੇ ਕੁ ਬੰਦੇ ਪੜ੍ਹੇ ਲਿਖੇ ਹੁੰਦੇ, ਅੱਧੇ ਬੰਦੇ ਪੜ੍ਹੇ ਲਿਖੇ ਨਹੀਂ ਹੁੰਦੇ, ਪੇਜ ਵਰਤਦੇ, ਕੋਈ ਵਕੀਲ ਨੂੰ ਦਿਖਾਉਂਦਾ, ਕੋਈ ਕਿਸੇ ਨੂੰ ਦਿਖਾਉਂਦਾ, ਜੋ ਪੰਜਾਬੀ 'ਚ ਹੋਏਗਾ ਤਾਂ ਅਸੀਂ ਆਪਣਾ ਉੱਥੇ ਹੀ ਪੜ੍ਹ ਸਕਦੇ ਹਾਂ। ਇਸ ਕਰਕੇ ਮੈਂ ਆਪਣੇ ਵੱਲੋਂ, ਵਪਾਰ ਬਚਾਓ ਸੰਘਰਸ਼ ਕਮੇਟੀ ਵੱਲੋਂ, ਜੋ ਗਾਂਧੀ ਜੀ ਨੇ ਮੁਹਿੰਮ ਚਲਾਈ ਹੈ, ਅਸੀਂ ਪੂਰਾ ਸਾਥ ਦੇਵਾਂਗੇ। ਔਰ ਬਹੁਤ ਹੀ ਸ਼ਬਦ ਨਹੀਂ ਮੇਰੇ ਪਾਸ ਕਹਿਣ ਨੂੰ ਕਿ ਇਹਨਾਂ ਨੇ ਪੰਜਾਬ ਬਾਰੇ ਇੰਨਾ ਸੋਚਿਆ ਔਰ ਸਾਂਝਾ ਕੰਮ ਸੋਚਿਆ ਇੱਕ ਰਾਜਨੀਤੀ ਤੋਂ ਹਟ ਕੇ। ਮੈਂ ਹਰ ਤਰੀਕੇ ਨਾਲ ਸਾਥ ਦੇਵਾਂਗਾ, ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਹੈ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.